We are a multicultural network community. We groom competent global citizens to affect positive change around them. ਹੁਸ਼ਿਆਰਪੁਰ ਦੇ ਹਲਕਾ ਦਸੂਹਾ ਅਧੀਨ ਆਉਂਦੇ ਕਸਬਾ ਤਲਵਾੜਾ ਤੋਂ ਭਾਜਪਾ ਦੇ ਵਰਕਰ ਵੱਲੋਂ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਤੇ ਕੰਮ ਕਰਵਾਉਣ ਉਪਰੰਤ 35,000 ਰੁਪਏ ਦਾ ਬਕਾਇਆ ਨਾ ਦੇਣ ਦੇ ਦੋਸ਼ ਲਾਏ ਗਏ ਨੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਤਲਵਾੜਾ ਦੇ ਰਹਿਣ ਵਾਲੇ ਸੌਰਵ ਸ਼ਰਮਾ ਨੇ ਦੱਸਿਆ ਕਿ ਉਹ ਪ੍ਰਿੰਟਿੰਗ ਪ੍ਰੈਸ ਦਾ ਕੰਮ ਕਰਦਾ ਹੈ ਤੇ ਸਾਲ 2017 ਚ ਉਹਨਾਂ ਦੀ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਠਾਕੁਰ ਜੋ ਕਿ ਤਲਵਾੜਾ ਦੇ ਹੀ ਰਹਿਣ ਵਾਲੇ ਨੇ ਉਹਨਾਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਹਲਕਾ ਦਸੂਹਾ ਤੋਂ ਚੋਣ ਲੜੀ ਗਈ ਸੀ ਤੇ ਇਸ ਦੌਰਾਨ ਪਰਮਜੀਤ ਠਾਕੁਰ ਵੱਲੋਂ ਉਸ ਕੋਲੋਂ ਪ੍ਰਿੰਟਿੰਗ ਨਾਲ ਸੰਬੰਧਿਤ ਕੰਮ ਕਰਵਾਇਆ ਗਿਆ ਸੀ ਜਿਸ ਵਿੱਚ ਲਗਭਗ 35,000 ਰੁਪਏ ਦਾ ਬਕਾਇਆ ਪਰਮਜੀਤ ਠਾਕੁਰ ਵੱਲ ਰਹਿੰਦਾ ਹੈ ਤੇ ਜਦੋਂ ਉਸ ਵੱਲੋਂ ਆਪਣੀ ਮਿਹਨਤ ਤੇ ਪੈਸੇ ਮੰਗੇ ਜਾਂਦੇ ਨੇ ਤਾਂ ਪਰਮਜੀਤ ਠਾਕੁਰ ਹਰ ਵਾਰ ਬਹਾਨੇ ਹੀ ਕੱਢਦਾ ਰਹਿੰਦਾ ਹੈ ਤੇ ਉਸ ਤੇ ਦਬਾਅ ਬਣਾਉਣ ਲਈ ਪਰਮਜੀਤ ਠਾਕੁਰ ਵੱਲੋਂ ਉਸ ਨੂੰ ਕੋਰਟ ਰਾਹੀਂ ਨੋਟਿਸ ਵੀ ਭੇਜਿਆ ਸੀ ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ ਤੇ ਇਸ ਤੋਂ ਇਲਾਵਾ ਪਰਮਜੀਤ ਠਾਕੁਰ ਵੱਲੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਸੌਰਵ ਸ਼ਰਮਾ ਨੇ ਦੱਸਿਆ ਕਿ ਉਸ ਵੱਲੋਂ ਪ੍ਰਸ਼ਾਸਨ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵੀ ਗੱਲਬਾਤ ਕੀਤੀ ਗਈ ਪਰੰਤੂ ਉਸ ਦਾ ਕਿਧਰੇ ਵੀ ਹੱਲ ਨਹੀਂ ਹੋਇਆ। ਇਸ ਬਾਬਤ ਜਦੋਂ ਭਾਜਪਾ ਆਗੂ ਪਰਮਜੀਤ ਠਾਕੁਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਤਾਂ ਉਹ ਟਾਲਮਟੋਲੀ ਕਰਦੇ ਰਹੇ ਤੇ ਜਦੋਂ ਉਹਨਾਂ ਨਾਲ ਵਾਰ-ਵਾਰ ਫੋਨ ਕਰਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਦਾ ਫੋਨ ਬੰਦ ਪਾਇਆ ਗਿਆ। ਪਰੰਤੂ ਜਦੋਂ ਉਹਨਾਂ ਵੱਲੋਂ ਪੱਤਰਕਾਰ ਨੂੰ ਗੱਲਬਾਤ ਕਰਨ ਲਈ ਬੁਲਾਇਆ ਗਿਆ ਤਾਂ ਪਰਮਜੀਤ ਠਾਕੁਰ ਖੁਦ ਮੌਕੇ ਤੋਂ ਫਰਾਰ ਹੋ ਗਏ। ਤਲਵਾੜਾ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਨਵਦੀਪ ਸਿੰਘ ਦੀ ਰਿਪੋਰਟ। ਸਰ ਤੁਹਾਡਾ ਸ਼ੁਭ ਨਾਮ? ਸਰ ਮੇਰਾ ਨਾਮ ਸੌਰਵ ਸ਼ਰਮਾ ਜੀ। ਸਰ ਕਿੱਥੋਂ ਦੇ ਰਹਿਣ ਵਾਲੇ ਹੋ? ਸਰ ਮੈਂ ਪੰਜਾਬ ਸਟੇਟ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਛੋਟਾ ਜਿਹਾ ਸ਼ਹਿਰ ਹੈ ਤਲਵਾੜਾ ਜੀ, ਮੈਂ ਉੱਥੇ ਰਹਿਣ ਵਾਲਾ ਜੀ। ਸਰ ਜਿਹੜੀ ਇਹ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ, ਇਸ ਦੀ ਕੀ ਵਜ੍ਹਾ ਹੈ? ਸਰ ਇਸ ਦੀ ਵਜ੍ਹਾ ਆਹ ਹੈ ਜੀ ਕਿ 2017 ਦੇ ਵਿੱਚ ਵਿਧਾਨ ਸਭਾ ਦੇ ਚੋਣਾਂ ਹੋਈਆਂ ਸੀ ਜੀ, ਅਤੇ ਸਾਡਾ ਦਸੂਹਾ ਹਲਕਾ ਹੈ ਜੀ, ਅਤੇ ਉੱਥੇ ਵੀ ਇਲੈਕਸ਼ਨ ਹੋਏ ਸੀਗੇ ਜਿਹਦੇ ਵੀ ਸਾਡੇ ਮਾਣਯੋਗ MLA ਅਰੁਣ ਡੋਗਰਾ ਮਿੱਕੀ ਜੀ ਜੇਤੂ ਕਰਾਰ ਹੋਏ ਸੀਗੇ, ਅਤੇ ਆਹ ਪਰਮਜੀਤ ਠਾਕੁਰ ਜੀ ਹੈਗੇ ਜੀ, ਇਹਨਾਂ ਨੇ 2017 ਦੇ ਵਿੱਚ ਇਲੈਕਸ਼ਨ ਲੜਿਆ ਸੀਗਾ ਜੀ MLA ਲਈ, ਅਤੇ ਇਹਨਾਂ ਦਾ ਚੋਣ ਨਿਸ਼ਾਨ ਸੀ ਟੈਲੀਵਿਜ਼ਨ ਅਤੇ ਆਜ਼ਾਦ ਉਮੀਦਵਾਰ ਸੀਗੇ ਜੀ। ਅਤੇ ਸਰ ਅਸੀਂ ਇਹਨਾਂ ਦਾ ਪ੍ਰਿੰਟਿੰਗ ਦਾ ਕੰਮ ਕੀਤਾ ਜਿਹਦੇ ਪੰਫਲੈਂਟ ਵਗੈਰਾ ਸੀਗੇ, ਇਸ਼ਤਿਹਾਰ ਵਗੈਰਾ ਸੀਗੇ, ਅਤੇ ਸਰ ਸਭ ਕੁਛ ਕਰਾ ਕੇ ਤੋਂ ਬਾਅਦ ਵਿੱਚ 39,000 ਰੁਪਏ ਦੀ ਬਕਾਇਆ ਰਾਸ਼ੀ ਰਹਿ ਗਈ ਸੀਗੀ ਜੀ। ਸਰ ਜਿਹੜੀ ਕੁੱਲ ਰਾਸ਼ੀ ਕਿੰਨੀ ਸੀਗੀ ਜਿਹੜਾ ਤੁਸੀਂ ਕੰਮ ਕੀਤਾ? 39,000 ਸੀਗੀ ਜੀ। ਜਿਹੜਾ ਟੋਟਲ ਤੁਸੀਂ ਇਹਨਾਂ ਦੇ ਉੱਪਰ ਜਿਹੜਾ ਖਰਚਾ ਹੋਇਆ ਸੀ ਇਹਨਾਂ ਦਾ ਪੰਪਲੇਟ ਤੇ, ਟੋਟਲ ਖਰਚਾ ਕਿੰਨਾ ਸੀਗਾ? ਸਰ ਇਹ ਸੀਗਾ ਜੀ ਤਕਰੀਬਨ 1,48,737 ਰੁਪਏ। ਅੱਛਾ ਜੀ, ਤੇ ਹੁਣ ਸਰ ਕੀ ਮਤਲਬ ਪੈਸੇ ਦਿੱਤੇ ਨਹੀਂ ਜਾ ਰਹੇ ਇਹਨਾਂ ਵੱਲੋਂ? ਸਰ ਇਸ ਤਰ੍ਹਾਂ ਸੀਗਾ ਜੀ, ਜਦੋਂ ਇਲੈਕਸ਼ਨ ਖਤਮ ਹੋ ਗਿਆ ਤੇ ਇਲੈਕਸ਼ਨ ਤੁਹਾਨੂੰ ਪਤਾ ਜਦੋਂ ਬੰਦਾ ਹਾਰ ਜਾਂਦਾ ਤਾਂ ਬੰਦੇ ਨੂੰ ਵੈਸੇ ਵੀ ਦੁੱਖ ਹੁੰਦਾ, ਸਾਨੂੰ ਵੀ ਦੁੱਖ ਹੁੰਦਾ ਸੀ, ਬੰਦੇ ਦਾ ਕੰਮ ਕੀਤਾ ਜੀ ਤੇ ਬੰਦਾ ਇਲੈਕਸ਼ਨ ਹਾਰਿਆ, ਜਿਤਨਾ ਤਾਂ ਜੀ ਇੱਕ ਨੇ ਹੁੰਦਾ। ਤੇ ਜਦੋਂ ਇਲੈਕਸ਼ਨ ਹਾਰ ਗਏ ਤੇ ਮੈਂ ਇਹਨਾਂ ਨਾਲ ਵੈਸੇ ਵੀ ਗੱਲਬਾਤ ਕੀਤੀ ਕਿ ਬੜਾ ਦੁੱਖ ਲੱਗੇ ਤੁਸੀਂ ਇਲੈਕਸ਼ਨ ਹਾਰੇ ਹੋ ਜੀ, 1100 ਵੋਟ ਪਏ ਸੀ ਇਹਨਾਂ ਨੂੰ, ਮੈਨੂੰ ਦੁੱਖ ਲੱਗਿਆ। ਫਿਰ ਸਰ 2-4 ਮਹੀਨੇ ਵਕਤ ਮੈਂ ਇਹਨਾਂ ਨੂੰ ਕੁਛ ਵੀ ਨਹੀਂ ਕਿਹਾ, ਵੈਸੇ ਗੱਲਬਾਤ ਚੱਲਦੀ ਰਹੀ ਮੈਨੂੰ ਇਹਨਾਂ ਨੇ, ਮੈਂ ਇਹਨਾਂ ਨੂੰ ਫਿਰ ਫੋਨ ਕਰਨਾ ਸ਼ੁਰੂ ਕੀਤਾ, ਤੁਹਾਨੂੰ ਪਤਾ ਜੀ ਪਿੱਛੇ ਵੀ ਪੈਸੇ ਦੇਣੇ ਹੁੰਦੇ ਪਾਰਟੀਆਂ ਨੂੰ, ਇਲੈਕਸ਼ਨ ਹਾਰਨਾ ਜਿਤਨਾ ਲੱਗ ਗੱਲ ਹੈ ਜੀ। ਇਹਨਾਂ ਨੇ ਮੈਨੂੰ ਇਹੀ ਗੱਲ ਕਿ ਅੱਜ ਦਿਨਾ, ਕੱਲ੍ਹ ਦਿਨਾ, ਕੱਲ੍ਹ ਦਿਨਾ, ਪਰਸੋਂ ਦਿਨਾ। ਫਿਰ ਸਰ ਮੈਂ ਇਹਨਾਂ ਦੇ ਘਰ ਵੀ ਗਿਆ ਅਤੇ ਫਿਰ ਇਹਨਾਂ ਥੋੜ੍ਹੀ ਉਹੋ ਜਿਹੀ ਗੱਲ ਕੀਤੀ, ਮੈਂ ਮੁੜ ਕੇ ਇਹਨਾਂ ਦੇ ਘਰ ਵੀ ਨਹੀਂ ਗਿਆ, ਧਮਕੀ ਵਗੈਰਾ ਜਿਸ ਤਰ੍ਹਾਂ ਹੁੰਦਾ ਜੀ, ਮੈਂ ਫਿਰ ਇਹਨਾਂ ਦੇ ਘਰ ਨਹੀਂ ਗਿਆ ਜੀ। ਨਹੀਂ, ਇਹਨਾਂ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਤੁਹਾਨੂੰ? ਜੀ ਧਮਕੀਆਂ ਤਾਂ ਹੁਣ ਜੀ ਹੈਗਾ ਹੀ ਹੈ ਜੀ, ਕੀ ਦੱਸੀਏ ਹੁਣ, ਤੁਹਾਨੂੰ ਪਤਾ ਭਾਜਪਾ ਪੰਜਾਬ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਹੈ ਜੀ, ਅਤੇ ਤੁਹਾਨੂੰ ਪਤਾ ਹੀ ਹੁਣ ਕਾਫੀ ਉੱਚੀ ਪੋਸਟ ਹੈ ਅਤੇ ਫਿਰ ਥੋੜ੍ਹਾ ਜਿਹਾ ਹੁੰਦਾ ਹੀ ਹੈ ਜੀ, ਲੇਕਿਨ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈ ਰਿਹਾ ਜੀ। ਸਰ ਇਸ ਤਰ੍ਹਾਂ ਤਾਂ ਨਹੀਂ ਹੋਇਆ ਇਹਨਾਂ ਵੱਲੋਂ ਕਿ ਕਿਹਾ ਗਿਆ ਕਿ ਮੈਂ ਰਾਜਨੀਤਿਕ ਲੈਵਲ ਦਾ ਬੰਦਾ ਹੈ ਕਿ ਮੈਂ ਮੇਰੇ ਵੱਲੋਂ ਕੁਛ ਵੀ ਕੀਤਾ ਜਾ ਸਕਦਾ ਅਗਰ ਮੇਰੇ ਤੋਂ ਪੈਸੇ ਮੰਗੇ ਆ, ਇੱਦਾਂ ਦੀ ਗੱਲ? ਸਰ ਇਹਨਾਂ ਨੇ ਜੀ ਇਹਨਾਂ ਨੇ ਮੈਨੂੰ ਐਡਵੋਕੇਟ ਦਾ ਨੋਟਿਸ ਭੇਜਿਆ ਸੀਗਾ ਜੀ, ਨੋਟਿਸ ਭੇਜਿਆ ਸੀਗਾ ਜੀ, ਉਹ ਮੈਂ ਤੁਹਾਨੂੰ ਸਾਰਾ ਅੱਗੇ ਦੱਸਾਂਗਾ, ਤਾਂ ਉਹਦੇ ਵਿੱਚ ਮੈਂ ਪੂਰਾ ਲਿਖਿਆ ਪਿਆ ਜੀ ਕਿ ਇਸ ਤਰ੍ਹਾਂ ਦੇ ਵੀ ਇਹ ਡਰਾਮੇ ਦੇ ਰਹੇ ਨੇ ਜੀ। ਸਰ ਜਿਹੜੇ ਮਤਲਬ ਕਿ ਤੁਹਾਡੇ ਜਿਹੜਾ ਪੈਸੇ ਦਾ ਲੈਣ ਦੇਣ ਹੈਗਾ, ਇਸ ਸੰਬੰਧੀ ਤੁਸੀਂ ਪਾਰਟੀ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਆ? ਬਿਲਕੁਲ ਸਰ ਜੀ, ਮੈਂ ਐਕਚੁਅਲੀ ਚਾਹੁੰਦਾ ਨਹੀਂ ਸੀ ਕਿ ਮੈਂ ਮੀਡੀਆ ਦੇ ਸਾਹਮਣੇ ਆਵਾਂ, ਕਿਉਂਕਿ ਭਾਜਪਾ ਪੰਜਾਬ ਭਾਜਪਾ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਹੈ ਪਰਮਜੀਤ ਜੀ, ਅਤੇ ਮੈਂ ਚਾਹੁੰਦਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਕਿਉਂਕਿ ਮੈਂ ਖੁਦ ਇੱਕ BJP ਨੂੰ ਬਿਲੋਂਗ ਕਰਨ ਵਾਲਾ ਪਰਸਨ ਆ ਜੀ, ਅਤੇ ਮੈਂ ਮੰਡਲ ਪ੍ਰਧਾਨ ਤੋਂ ਲੈ ਕੇ ਸੂਬੇ ਦੇ ਉੱਚ ਅਧਿਕਾਰੀਆਂ ਤੱਕ ਇਹਨਾਂ ਦੇ ਗੱਲ ਕੀਤੀ ਹੈ ਜੀ, ਪਰ ਉਹਨਾਂ ਨੇ ਇਹੀ ਗੱਲ ਕਹੀ ਹੈ ਮੈਨੂੰ ਕਿ ਸਾਡੇ ਨਾਲ ਪਰਮਜੀਤ ਠਾਕੁਰ ਜੀ ਇਸ ਬਾਰੇ ਕੋਈ ਗੱਲ ਕਰਦੇ ਹੀ ਨਹੀਂ। ਅਤੇ ਸਰ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਗਈ ਹੈ ਤੁਹਾਡੇ ਵੱਲੋਂ? ਬਿਲਕੁਲ ਸਰ, ਬਿਲਕੁਲ ਕੀਤੀ ਗਈ ਹੈ ਜੀ। ਐਕਚੁਅਲੀ ਕਾਫੀ ਸਾਲ ਪਹਿਲੇ ਜੋ 2017 ਦੇ ਵਿੱਚ ਇਹਨਾਂ ਨੇ ਲੇਬਰ ਦੇ ਪੈਸੇ ਦੇਣੇ ਸੀਗੇ, ਫਿਰ ਇੱਕ ਸਾਡੇ ਆਟੋ ਵਾਲੇ ਸੀ ਉਹਨਾਂ ਦੇ ਪੈਸੇ ਦੇਣੇ ਸੀਗੇ, ਉਹਦੇ ਵਿੱਚ ਇਹਨਾਂ ਨੇ ਇੱਕ ਐਪਲੀਕੇਸ਼ਨ ਪੁਲਿਸ ਸਟੇਸ਼ਨ ਥਾਣਾ ਤਲਵਾੜਾ ਦਿੱਤੀ ਸੀਗੀ ਅਤੇ ਇੱਕ SDM ਸਾਹਿਬ ਨੂੰ ਵੀ ਦਿੱਤੀ ਸੀਗੀ, ਅਤੇ ਪੁਲਿਸ ਪ੍ਰਸ਼ਾਸਨ ਥਾਣਾ ਤਲਵਾੜਾ ਵੱਲੋਂ ਵੀ ਸ਼ਾਇਦ ਇੰਨਾ ਉਦੋਂ ਸਟੈਪ ਨਹੀਂ ਚੱਕਿਆ ਗਿਆ, ਕਿਉਂਕਿ ਉਦੋਂ ਇਹ ਕਹਿੰਦੇ ਸੀ ਕਿ ਅੱਜ ਉਹ ਇੱਥੇ ਨਹੀਂ ਹੈ, ਅੱਜ ਬਾਹਰ ਹੈ, ਅੱਜ ਜਿਹੜਾ ਸਾਨੂੰ ਮਿਲੇ ਨਹੀਂ ਜੀ।